ਸਟੈਲਰ ਨਿਊਜ਼ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਵੱਲੋਂ ਅੱਜ ਕੱਲ੍ਹ ਇੱਕ ਮੁਹਿੰਮ ਛੇੜੀ ਗਈ ਹੈ ਕਿ ਕੋਈ ਸਮੱਸਿਆ ਉਹਨਾਂ ਦੇ ਧਿਆਨ ਜਾਂਦੀ ਹੈ ਤਾਂ ਉਹਨੂੰ ਹੱਲ ਕਰਵਾਇਆ ਜਾਂਦਾ, ਔਰ ਜ਼ਿਲ੍ਹਾ ਦੀਸ਼ ਯਾਨੀ ਕਿ ਡਿਪਟੀ ਕਮਿਸ਼ਨਰ ਵੱਲੋਂ ਵੀ ਸਾਰੇ ਡਿਪਾਰਟਮੈਂਟ ਨੂੰ ਹਿਦਾਇਤ ਆ ਕਿ ਜਿਹੜੀਆਂ ਸਮੱਸਿਆਵਾਂ ਆ ਕੋਈ ਵੀ ਉਹਦਾ ਜਲਦ ਤੋਂ ਜਲਦ ਨਿਪਟਾਰਾ ਕਰੋ, ਖਾਸ ਕਰ ਜਿਹੜੀਆਂ ਜਨਤਾ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਇਨਕਨਵੀਨੀਅੰਟ ਮਤਲਬ ਕਿ ਅਸੁਵਿਧਾ ਦਾ ਕਾਰਨ ਬਣਦੀਆਂ। ਹੁਣ ਅਸੀਂ ਖੜ੍ਹੇ ਹਾਂ ਟਾਂਡਾ ਰੋਡ ਹੁਸ਼ਿਆਰਪੁਰ ਅਤੇ ਜਿਹੜਾ ਭੰਗੀ ਪੁਲ ਹੈ ਵੱਡਾ ਜਿਹਨੂੰ ਕਹਿੰਦੇ ਆ ਪੁਲ, ਉਹਦੇ ਨੇੜੇ ਉਹਦੇ ਸਾਈਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਬਾਰਿਸ਼ ਦੇ ਨਾਲ ਹੋਰ ਕਾਰਨਾਂ ਕਾਰਨ ਜਿਹੜੀ ਆ ਉਹ ਖਾਰ ਪਈ ਹੋਈ ਹੈ, ਔਰ ਇੱਕ ਬਹੁਤ ਵੱਡਾ ਟੋਇਆ ਜਿਹੜਾ ਆ ਉਹ ਇੱਥੇ ਬਣਿਆ ਹੋਇਆ ਯਾਨੀ ਕਿ ਬਿਲਕੁਲ ਸੜਕ ਦੇ ਕਿਨਾਰੇ, ਔਰ ਆਏ ਦਿਨ ਜਿਹੜੇ ਹੈਵੀ ਗੱਡੀਆਂ ਜਦੋਂ ਇੱਥੋਂ ਲੋਡਡ ਲੰਘਦੀਆਂ ਤਾਂ ਹਾਂਜੀ ਆਹ ਦੇਖੋ ਲੋਕੀ ਮਤਲਬ ਜਾ ਰਹੇ ਆ ਗੱਡੀਆਂ 'ਚ, ਉਹ ਵੀ ਕਹਿ ਰਹੇ ਆ ਕਿ ਭਾਜੀ ਇਹ ਬਹੁਤ ਖਤਰਨਾਕ ਆ ਔਰ ਇੱਥੇ ਕੋਈ ਡਿੱਗ ਸਕਦਾ। ਤਾਂ ਆਹ ਦੇਖੋ ਤੁਸੀਂ ਮਤਲਬ ਜਿਸ, ਔਰ ਇੱਕ ਸੜਕ ਦੀ ਵੈਸੇ ਹੀ ਇੱਥੇ ਹਾਲਤ ਬੜੀ ਖਰਾਬ ਆ, ਔਰ ਦੂਸਰਾ PWD ਦੇ ਤਹਿਤ ਆਉਂਦੀ ਹੈ, ਔਰ ਸ਼ਾਇਦ ਹੀ ਅਧਿਕਾਰੀਆਂ ਨੇ ਕਦੀ IAC ਦਫ਼ਤਰਾਂ 'ਚੋਂ ਨਿਕਲ ਕੇ ਬਾਹਰ ਸੜਕ 'ਤੇ ਆ ਕੇ ਜਨਤਾ ਦੀ ਸਮੱਸਿਆ ਨੂੰ ਦੇਖਿਆ ਹੋਵੇ। ਔਰ ਅਕਸਰ ਇੱਥੇ ਹੈਵੀ ਗੱਡੀਆਂ ਜਿਹੜੀਆਂ ਆ ਉਹ ਹਾਦਸੇ ਦਾ ਸ਼ਿਕਾਰ ਰਹਿੰਦੀਆਂ ਆ, ਵੀ ਦੇਖ ਸਕਦੇ ਕਿੰਨਾ ਹੈਵੀ ਟ੍ਰੈਫਿਕ ਆ ਇਸ ਰੋਡ ਦੇ ਉੱਤੇ, ਔਰ ਪੁਲ ਦੇ ਕੋਲ ਆ ਕੇ ਸੜਕ ਜਿਹੜੀ ਆ ਉਹ ਇੱਕਦਮ ਜਿਹੜੀ ਆ ਉਹ ਹਾਲਾਤ ਉਹਦੇ ਤੁਹਾਡੇ ਸਾਹਮਣੇ ਹੀ ਆ। ਇਹ ਇਸ ਸਾਈਡ ਆ, ਇੱਕ ਸਾਈਡ ਆ, ਜਦਕਿ ਜਿਹੜੀ ਦੂਸਰੀ ਸਾਈਡ ਆ ਪੁਲ ਦੀ ਉੱਧਰ ਵੀ ਇਹੀ ਹਾਲ ਆ, ਉਹ ਵੀ ਤੁਹਾਨੂੰ ਦਿਖਾਉਂਦੇ ਹਾਂ ਉਹਦੀ ਵੀ। ਹਾਂਜੀ ਹਾਂਜੀ, ਆ ਇੱਕ ਹੋਰ ਗੱਡੀ ਵਾਲੇ ਜਿਹੜੇ ਆ ਉਹ ਕਹਿ ਕੇ ਗਏ ਆ ਕਿ ਭਾਜੀ ਬਹੁਤ ਬੁਰਾ ਹਾਲ ਆ ਅਤੇ ਖਬਰ ਜਿਹੜੀ ਆ ਜਿਹੜਾ ਠੋਕ ਕੇ ਲਗਾਇਓ, ਮਤਲਬ ਇਹ ਪੰਜਾਬੀਆਂ ਦੀ ਭਾਸ਼ਾ ਆ ਠੋਕ ਕੇ ਲਗਾਓ, ਮਤਲਬ ਕਿ ਬੜੀ ਮਤਲਬ ਇਹਨੂੰ ਪ੍ਰਮੁੱਖਤਾ ਦੇ ਨਾਲ ਉਠਾਓ। ਮਤਲਬ ਦੇਖੋ ਬੱਚੇ ਆ ਗੱਡੀਆਂ 'ਚ ਜਾ ਰਹੇ ਆ, ਫੈਮਲੀਜ਼ ਆ, ਕੋਈ ਹੋਰ ਕੋਈ ਤੁਰਿਆ ਹੋਇਆ, ਹੈਵੀ ਲੋਡਡ ਗੱਡੀਆਂ ਇੰਨੀਆਂ ਜਾਂਦੀਆਂ। ਇੱਧਰ ਲਓ ਦੇਖੋ ਲਾਗਿਓ ਲੱਗਦੇ ਵੇਖਦੇ ਕਿ ਇਹਦਾ ਟਾਇਰ ਸਲਿੱਪ ਹੋ ਜਾਏ ਜਾਂ ਮਿੱਟੀ ਬੈਠ ਜਾਏ ਕਿਨਾਰੇ ਤੋਂ, ਔਰ ਮੈਨੂੰ ਇੱਦਾਂ ਲੱਗਦਾ ਕਿ ਇਹ ਸਮੱਸਿਆ ਜਿਹੜੀ ਆ ਉਹ ਕਾਫੀ ਲੰਬੇ ਸਮੇਂ ਤੋਂ ਆ, ਔਰ ਇਸ ਤਰ੍ਹਾਂ ਲੱਗ ਰਿਹਾ ਕਿ ਜਿਸ ਤਰ੍ਹਾਂ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਕਿਸੇ ਹਾਦਸੇ ਦਾ ਇੰਤਜ਼ਾਰ ਆ ਕਿ ਕੋਈ ਇੱਥੇ ਡਿੱਗੇ, ਦੋ ਚਾਰ ਬੰਦੇ ਮਰਨ, ਉਸ ਤੋਂ ਬਾਅਦ ਅਸੀਂ ਜਿਹੜੀ ਆ ਉਹ ਕੋਈ ਕਾਰਵਾਈ ਕਰੀਏ ਕਿ ਲਓ ਜੀ ਹਾਦਸਾ ਹੋਇਆ ਸੀ, ਅਸੀਂ ਉਹਨੂੰ ਜਿਹੜੀ ਸਮੱਸਿਆ ਸੀ ਉਹਨੂੰ ਠੀਕ ਕਰਾਤਾ। ਇਹ ਪੁਲ ਦੀ ਇੱਕ ਸਾਈਡ ਆ, ਦੂਸਰੀ ਸਾਈਡ ਵੀ ਇਹੀ ਹਾਲਾਤ ਆ, ਉਹ ਵੀ ਦਿਖਾਉਂਦੇ ਤੁਹਾਨੂੰ। ਹੁਣ ਪੁਲ ਦੀ ਦੂਸਰੀ ਸਾਈਡ ਆ ਗਏ ਹਾਂ, ਆਹ ਦੇਖੋ ਤੁਸੀਂ, ਆਹ ਗੋਪੀ ਜੀ ਇੱਥੇ ਹਾਲਾਤ ਦਿਖਾਓ ਜਰਾ, ਆਹ ਦੇਖੋ ਮਤਲਬ ਸੜਕ ਜਿਹੜੀ ਆ ਇੱਥੋਂ ਅੰਦਰੋਂ ਖੁਰ ਚੁੱਕੀ ਹੈ, ਔਰ ਥੋੜ੍ਹੇ ਦਿਨ ਪਹਿਲਾਂ ਹੀ ਇੱਥੇ ਇੱਕ ਲੋਡਰ ਟਰੱਕ ਜਿਹੜਾ ਸੀ ਉਹ ਫਸਿਆ ਸੀ ਬਹੁਤ ਬੁਰੀ ਤਰ੍ਹਾਂ। ਇਹ ਸ਼ੁਕਰ ਆ ਕਿ ਕਿਸੇ ਦੇ ਸੱਟ ਚੋਟ ਨਹੀਂ ਲੱਗੀ, ਸੋ ਇਹ ਕਿਸੇ ਭਲੇ ਮਾਨਸ ਬੰਦੇ ਨੇ ਆਹ ਦਰਖਤ ਦੀ ਟਾਹਣੀ ਔਰ ਕੋਈ ਕੱਪੜਾ ਲਗਾ ਕੇ ਇਹ ਦਿਖਾਉਣ ਦੀ ਕੋਸ਼ਿਸ਼ ਮਤਲਬ ਪ੍ਰਯਾਸ ਕੀਤਾ ਉਹਨੇ ਕਿ ਜਿਹੜਾ ਆ ਇਹ ਇਸ ਟੋਏ ਤੋਂ ਬਚ ਕੇ, ਕਿਉਂਕਿ ਪ੍ਰਸ਼ਾਸਨ ਨੀਂਦ 'ਚ ਆ ਔਰ ਤੁਹਾਨੂੰ ਹੀ ਜਾਗਣਾ ਪੈਣਾ, ਅੱਖਾਂ ਖੋਲ੍ਹ ਕੇ ਤੁਰਨਾ ਪੈਣਾ। ਔਰ ਆ ਨਾਲ ਜਿਹੜਾ ਆ ਗੋਪੀ ਜੀ ਇੱਧਰ ਦਿਖਾਓ, ਆ ਪੁਲ ਬਣਦਾ ਪਿਆ ਨਵਾਂ, ਪਰ ਇਹਦਾ ਕੰਮ ਜਿਹੜਾ ਉਹ ਕਈ ਸਾਲਾਂ ਤੋਂ ਰੁਕਿਆ ਹੋਇਆ, ਕਿਉਂਕਿ ਜਿਹੜਾ ਜਲੰਧਰ ਤੋਂ ਆ ਇੱਕ ਹੋਰ ਆ ਗੱਡੀ ਵਾਲੇ ਜਿਹੜੇ ਭਾਈ ਸਾਹਿਬ ਆ ਉਹ ਕਹਿ ਕੇ ਗਏ ਆ ਕਿ ਕਈ ਸਾਲ ਹੀ ਹੋ ਗਏ ਭਾਅ ਜੀ ਇਹਨੂੰ, ਇਹਦਾ ਤਾਂ ਇੱਦਾਂ ਹੀ ਬੇੜਾ ਹੀ ਗਰਕ ਹੋਇਆ ਹੋਇਆ ਇਸ ਸੜਕ ਦਾ।
ਸੋ ਆਹ ਨਾਲ ਵਾਲਾ ਪੁੱਲ ਦਿਖਾਓ ਜੀ, ਇਹ ਕਈ ਸਾਲਾਂ ਤੋਂ ਬਣਦਾ ਪਿਆ ਬਟ ਲੈਂਡ ਸਕੈਮ ਹੋਣ ਕਾਰਨ ਜਿਹੜਾ ਹਾਈਵੇ ਇੱਥੋਂ ਨਿਕਲਣਾ ਸੀ ਹੁਸ਼ਿਆਰਪੁਰ 'ਚੋਂ, ਉਹ ਜਿਹੜੇ ਰਿਵਾਰਡ ਸੀ ਉਹ ਅਵਾਰਡ ਸੀਗੇ, ਜਿਹੜੇ ਮਤਲਬ ਲੈਂਡ ਜਿਹੜੀ ਅਕੁਆਇਰ ਕੀਤੀ ਉਹਦਾ ਜਿਹੜਾ ਮੁਆਵਜ਼ਾ ਦੇਣਾ ਹੁੰਦਾ ਉਹ ਸਾਰਾ ਰੁਕ ਗਿਆ ਸੀ। ਉਹਦੇ ਕਰਕੇ ਸਾਰੀਆਂ ਇਨਕੁਆਇਰੀਆਂ ਚੱਲ ਰਹੀਆਂ, ਵਿਜੀਲੈਂਸ ਇਨਕੁਆਇਰੀਆਂ ਚੱਲ ਰਹੀਆਂ ਅਤੇ ਕੰਮ ਜਿਹੜਾ ਆ ਉਹ ਰੁਕਿਆ ਹੋਇਆ ਔਰ ਸਫ਼ਰ ਕੌਣ ਕਰ ਰਿਹਾ? ਆਮ ਜਨਤਾ। ਸੋ ਆਹ ਤੁਸੀਂ ਦੇਖ ਸਕਦੇ ਕਿ ਖਰਾਬ ਹਾਲਤ ਹੋਣ ਕਰਕੇ ਕਿੰਨਾ ਬੁਰਾ ਹਾਲ ਆ, ਔਰ ਸ਼ਾਇਦ ਤੁਹਾਨੂੰ ਅਸੀਂ ਕੈਮਰੇ 'ਚ ਸ਼ਾਇਦ ਨਹੀਂ ਦਿਖਾ ਪਾਵਾਂਗੇ। ਜਿਹੜੇ ਲੋਕ ਜਾ ਰਹੇ ਆ ਇੱਥੋਂ, ਜਿਹੜੇ ਰੋਜ਼ ਇਸ ਸਮੱਸਿਆ ਨਾਲ ਦੋ ਚਾਰ ਹੁੰਦੇ ਆ ਔਰ ਉਹ ਗੱਡੀਆਂ 'ਚੋਂ, ਕਾਰਾਂ 'ਚੋਂ, ਬੱਸਾਂ 'ਚੋਂ, ਟਰੱਕਾਂ 'ਚੋਂ ਮਤਲਬ ਆਵਾਜ਼ ਆ ਰਹੀ ਹੈ ਕਿ ਭਾਅ ਜੀ ਬਹੁਤ ਬੁਰਾ ਹਾਲ ਆ, ਪ੍ਰਸ਼ਾਸਨ ਨੂੰ ਕਹੋ ਥੋੜ੍ਹਾ ਧਿਆਨ ਦੇਵੇ। ਸੋ ਸਿਚੁਏਸ਼ਨ ਜਿਹੜੀ ਆ ਉਹ ਤੁਹਾਡੇ ਸਾਹਮਣੇ ਆ, ਕਿੰਨਾ ਹੈਵੀ ਟ੍ਰੈਫਿਕ ਜਿਹੜਾ ਆ ਉਹ ਇਸ ਰੋਡ ਤੋਂ ਜਾਂਦਾ। ਇੱਧਰ ਕੁਛ ਸਾਡੇ ਪੁਲਿਸ ਵਾਲੇ ਵੀ ਖੜ੍ਹੇ ਆ, ਆਹ ਪੁਲਿਸ ਵਾਲੇ ਦਿਖਾਓ ਜੀ, ਸਾਹਮਣੇ ਚਲਾਨ ਕਰ ਰਹੇ ਆ, ਆਹ ਦੇਖੋ ਉਹ ਆਪਣੀ ਡਿਊਟੀ ਨਿਭਾ ਰਹੇ ਆ। ਔਰ ਕਈ ਵਾਰੀ ਇੱਥੇ ਹੈਵੀ ਜਾਮ ਲੱਗ ਜਾਂਦਾ ਤਾਂ ਇਹ ਪੁਲਿਸ ਕਰਮੀ ਜਿਹੜੇ ਆ ਉਹ ਜਾਮ ਖੁਲਾਉਣ 'ਚ ਵੀ ਜਿਹੜਾ ਆਪਣਾ ਸਹਿਯੋਗ ਦੇ ਦਿੰਦੇ ਆ, ਬਟ ਟੋਇਆ ਭਰਨਾ ਜਾਂ ਇਹਨੂੰ ਰਿਪੇਅਰ ਕਰਨਾ ਉਹ ਸ਼ਾਇਦ ਇਹਨਾਂ ਦੇ, ਕਿਉਂਕਿ ਅਧਿਕਾਰ ਸ਼ੇਤਰ 'ਚ ਨਹੀਂ ਹੈ, ਇਹਨਾਂ ਦਾ ਵਰਕ ਨਹੀਂ ਹੈ। ਅਤੇ ਇਹ ਤਾਂ ਹੁਣ ਜਿਹੜਾ ਸੰਬੰਧਿਤ ਡਿਪਾਰਟਮੈਂਟ ਆ ਉਹਨਾਂ ਦੇ ਅਫਸਰਾਂ ਨੂੰ ਚਾਹੀਦਾ ਕਿ ਲਗਜ਼ਰੀ ਗੱਡੀਆਂ 'ਚੋਂ ਉੱਤਰ ਕੇ ਆਪਣੇ ਏਸੀ ਦਫ਼ਤਰਾਂ 'ਚੋਂ ਨਿਕਲ ਕੇ ਕਿ ਆਪਣੇ ਜਿਹੜੇ ਡਿਪਾਰਟਮੈਂਟ ਦੇ ਅੰਦਰ ਜਿਹੜੀਆਂ ਸੜਕਾਂ ਆਉਂਦੀਆਂ, ਕੋਈ ਗਲੀਆਂ ਆਉਂਦੀਆਂ, ਉਹਨਾਂ ਨੂੰ ਦੇਖ ਵੀ ਲਓ ਕਿ ਲੋਕਾਂ ਦਾ ਹਾਲ ਕੀ ਹੈ। ਤੁਸੀਂ ਦੇਖੋ ਵੀ ਇੱਕ ਮਿੰਟ ਲਈ ਵੀ ਇਸ ਪੁੱਲ ਨੂੰ ਆਰਾਮ ਨਹੀਂ ਹੈ, ਇੰਨਾ ਹੈਵੀ ਟ੍ਰੈਫਿਕ ਜਿਹੜਾ ਆ ਉਹ ਇੱਥੋਂ ਫਲੋ ਕਰਦਾ। ਔਰ ਗੋਪੀ ਜੀ ਮੈਂ ਕਹੂੰਗਾ ਇਹ ਥੋੜ੍ਹਾ ਜਿਹਾ ਨਾ ਤੁਸੀਂ ਇਹਨੂੰ ਥੋੜ੍ਹਾ ਡੀਪਲੀ ਦਿਖਾਓ ਇੱਧਰੋਂ ਖੜ੍ਹੇ ਹੋ ਕੇ ਕਿ ਸੜਕ ਜਿਹੜੀ ਹੈ ਇੱਥੋਂ ਧੱਸ ਜਾਣੀ ਹੈ ਔਰ ਕਿੰਨਾ ਵੱਡਾ ਕੋਈ ਜਿਹੜਾ ਆ ਹਾਦਸਾ ਹੋ ਸਕਦਾ ਆ। ਔਰ ਅੱਜ ਕੱਲ੍ਹ ਤਾਂ ਹਾਲ ਇਹ ਆ ਕਿ ਸਾਡਾ ਜਿਹੜਾ ਪ੍ਰਸ਼ਾਸਨ ਆ ਉਹ ਰਾਜਿਆਂ ਦੀ ਤਰ੍ਹਾਂ ਕੰਮ ਕਰ ਰਿਹਾ ਕਿ ਸਮੱਸਿਆ ਕੋਈ ਧਿਆਨ 'ਚ ਆਊਗੀ ਤਾਂ ਉਹਦਾ ਹੱਲ ਕੀਤਾ ਜਾਣਾ, ਨਹੀਂ ਤਾਂ ਫਿਰ ਜਿਹੜੀ ਆ ਸਮੱਸਿਆ ਉਹ ਇੱਦਾਂ ਹੀ ਰਹਿਣੀ ਆ। ਔਰ ਇੱਕ ਹੋਰ ਭਾਈ ਸਾਹਿਬ ਕਹਿ ਕੇ ਗਏ ਆ ਕਿ ਭਾਅ ਜੀ ਸੜਕ ਦਾ ਬਹੁਤ ਬੁਰਾ ਹਾਲ ਆ, ਸ਼ਾਇਦ ਸੜਕ ਦਾ ਘੱਟ ਹੈ ਔਰ ਆ ਜਿਹੜਾ ਇੱਥੇ ਟੋਇਆ ਪਿਆ ਹੈ, ਜਿਹੜੀ ਖੋਰ ਲੱਗੀ ਹੋਈ ਆ ਔਰ ਇੱਕ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਆ ਇਹ। ਇਸ ਤੋਂ ਸ਼ਾਇਦ ਲੋਕ ਜਿਹੜੇ ਆਮ ਜਿਹੜੇ ਇੱਥੋਂ ਲੰਘਦੇ ਆ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਸੋਚਦੇ ਆ ਕਿ ਇਸ ਸਮੱਸਿਆ ਦਾ ਹੱਲ ਹੋਣਾ ਚਾਹੀਦਾ, ਕਿਉਂਕਿ ਦੇਰ ਸਵੇਰ ਦਿਨੇ ਤਾਂ ਚਲੋ ਬੰਦਾ ਮਾੜਾ ਮੋਟਾ ਬਚ ਕੇ ਲੰਘ ਜਾਂਦਾ ਪਰ ਰਾਤ ਵੇਲੇ ਜਿਹੜਾ ਆ ਉਹ ਅਕਸਰ ਹੈਵੀ ਗੱਡੀਆਂ ਜਿਹੜੀਆਂ ਆ ਉਹ ਲਾਈਟਿੰਗ ਇੰਨੀ ਹੁੰਦੀ ਆ ਆਮਣੇ ਸਾਹਮਣੇ ਪੈਂਦੀ, ਜਿਸ ਲਈ ਤਾਂ ਕਈ ਵਾਰ ਰੋਡ ਕਲੀਅਰ ਨਹੀਂ ਦਿਸਦਾ। ਸੋ ਪ੍ਰਸ਼ਾਸਨ ਅੱਗੇ ਸਾਡੀ ਬੇਨਤੀ ਹੈ ਕਿ ਸਿਰਫ ਸੜਕਾਂ ਦੇ ਟੋਏ ਭਰ ਕੇ ਇੱਕ ਹੋਰ ਭਾਈ ਸਾਹਿਬ ਸਾਨੂੰ ਹੈਲੋ ਕਹਿ ਕੇ ਗਏ ਆ ਔਰ ਸ਼ਾਇਦ ਆ ਹੀ ਰਹੇ ਆ, ਔਰ ਮਤਲਬ ਸਮੱਸਿਆ ਜਿਹੜੀ ਆ ਉਹ ਹਰ ਇੱਕ ਦੇ ਧਿਆਨ 'ਚ ਆ ਬਟ ਕੋਈ ਕਰ ਕੋਈ ਨਹੀਂ ਪੁੱਛ ਸਕਦਾ ਕਿਉਂਕਿ ਜਿਹੜੇ ਡਿਪਾਰਟਮੈਂਟ ਦਾ ਕੰਮ ਹੈ ਉਹੀ ਪਹਿਲਾਂ ਤਾਂ ਨੀਂਦ 'ਚ ਆ, ਉਹਨਾਂ ਨੂੰ ਚਾਹੀਦਾ ਉਹ ਨੀਂਦ 'ਚੋਂ ਉੱਠਣ ਔਰ ਜਿਹੜੀ ਕੋਈ ਛੋਟਾ ਮੋਟਾ ਕੰਮ ਆ ਕੋਈ ਐਡੀ ਵੱਡੀ ਗੱਲ ਨਹੀਂ ਹੈ, ਇੱਥੇ ਮਿੱਟੀ ਪਾ ਕੇ ਇਹਨੂੰ ਭਰਿਆ ਜਾ ਸਕਦਾ ਪ੍ਰੋਪਰ, ਇਹਦੀ ਬੈਰੀਕੇਡ ਕਰਕੇ ਥੋੜ੍ਹਾ ਜਿਹਾ ਇਹਨੂੰ ਰਿਟੇਨਿੰਗ ਵਾਲ ਬਣਾ ਕੇ ਇਹਨੂੰ ਥੋੜ੍ਹਾ ਜਿਹਾ ਜਰਾ ਕੁ ਸੇਫ ਕੀਤਾ ਜਾ ਸਕਦਾ ਤਾਂ ਕਿ ਜਿਹੜੇ ਇੱਥੋਂ ਲੋਕ ਲੰਘਦੇ ਆ ਉਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਭਾਈ ਸਾਹਿਬ ਅਸੀਂ ਕਵਰੇਜ ਕਰ ਰਹੇ ਸੀ ਤਾਂ ਦੇਖ ਕੇ ਰੁਕੇ ਆ। ਸਰ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਰਾਜੀਵ ਮਹਾਜਨ ਭਾਈ ਸਾਹਿਬ। ਸਰ ਕੀ ਲੱਗਦਾ ਕਿ ਜਿਹੜੀ ਸਮੱਸਿਆ ਹੈ ਉਹ ਕਿੰਨੀ ਕੁ ਵਿਕਰਾਲ ਹੈ? ਭਾਈ ਸਾਹਿਬ ਇਹ ਸਮੱਸਿਆ ਕਾਫੀ ਸਮੇਂ ਤੋਂ ਆ ਔਰ ਬਹੁਤ ਗੰਭੀਰ ਸਮੱਸਿਆ ਹੈ। ਜਦੋਂ ਇੱਧਰੋਂ ਸਾਡੇ ਭਰਾ ਸਕੂਟਰ ਮੋਟਰਸਾਈਕਲ 'ਤੇ ਲੰਘਦੇ ਆ ਉੱਧਰੋਂ ਚਲਾਉਣ ਵਾਲੇ ਸਾਰੇ ਵੀਰ ਹੁੰਦੇ ਆ ਅਤੇ ਬੰਦੇ ਦਾ ਧਿਆਨ ਇੱਧਰ ਬਿਲਕੁਲ ਜਾਂਦਾ ਹੀ ਨਹੀਂ ਅਤੇ ਬਹੁਤ ਵੱਡੇ ਐਕਸੀਡੈਂਟ ਦਾ ਕਾਰਨ ਬਣ ਸਕਦੇ ਆ।
ਬਹੁਤ ਵੱਡਾ ਹਾਦਸਾ ਇੱਥੇ ਹੋ ਸਕਦਾ ਅਤੇ ਮੇਰੀ ਤਾਂ ਇਹੀ ਗੁਜ਼ਾਰਿਸ਼ ਹੈ ਕਿ ਇਹਨੂੰ ਜਲਦ ਤੋਂ ਜਲਦ ਠੀਕ ਕੀਤਾ ਜਾਵੇ। ਦੇਖੋ ਮਤਲਬ ਕਵਰੇਜ ਕਰ ਰਹੇ ਤਾਂ ਰਾਜੀਵ ਜੀ ਸਾਨੂੰ ਦੇਖ ਕੇ ਰੁਕੇ ਆ ਔਰ ਆਪਣੇ ਉਹਨਾਂ ਨੇ ਵਿਚਾਰ ਜਿਹੜੇ ਦਿੱਤੇ ਆ ਕਿ ਇਹ ਜਿਹੜਾ ਟੋਇਆ ਪਿਆ ਹੋਇਆ ਉਹ ਦੇਖੋ ਬਸ ਇੱਕ ਹੋਰ ਭਾਈ ਸਾਹਿਬ ਜਿਹੜੇ ਆ ਉਹ ਇਸ਼ਾਰਾ ਕਰਕੇ ਗਏ ਆ ਕਿ ਭਾਅ ਜੀ ਇਹਨੂੰ ਠੀਕ ਕਰਾਓ। ਹੁਣ ਇਹ ਠੀਕ ਕਰਾਉਣਾ ਤਾਂ ਸਾਡੇ ਅਧਿਕਾਰ ਖੇਤਰ 'ਚ ਨਹੀਂ ਹੈ, ਜਿਹੜਾ ਡਿਪਾਰਟਮੈਂਟ ਹੈ ਉਹੀ ਕਰਾਏਗਾ। ਪਰ ਤੁਸੀਂ ਦੇਖ ਸਕਦੇ ਆ ਕਿ ਇਹ ਜਿਹੜੀ ਛੋਟੀ ਜਿਹੀ ਸਮੱਸਿਆ ਸੀਗੀ, ਅਗਰ ਇਹਨੂੰ ਉਦੋਂ ਹੀ ਖੋਰ ਜਦੋਂ ਪੈਣੀ ਸ਼ੁਰੂ ਹੋਈ ਆ ਉਦੋਂ ਹੀ ਰੋਕ ਲਿੱਤਾ ਜਾਂਦਾ ਤਾਂ ਇਹ ਜਿਹੜਾ ਐਡਾ ਵੱਡਾ ਜਿਹੜਾ ਆ ਉਹ ਜਿਹੜੀ ਸਮੱਸਿਆ ਆ ਉਹ ਇੰਨੀ ਨਹੀਂ ਵਧਣੀ ਸੀ। ਸੋ ਇਸ ਤੋਂ ਅੱਗੇ ਇੱਕ ਹੋਰ ਸਮੱਸਿਆ ਜਿਹੜੀ ਆ ਤੁਹਾਡੇ ਧਿਆਨ 'ਚ ਲਿਆਉਣੀ ਆ ਆਪਾਂ ਕਿ ਇਹਦੇ ਨਾਲ ਹੀ ਜਿਹੜਾ ਰੋਡ ਆ ਉਹ ਕਿਉਂ ਇੰਨਾ ਇੰਪੋਰਟੈਂਟ ਆ, ਕਿਉਂਕਿ ਇਹ ਰੋਡ ਜਿਹੜਾ ਆ ਇਹ ਜਲੰਧਰ ਤੋਂ ਆਉਂਦਾ, ਲੁਧਿਆਣੇ ਤੋਂ ਬਾਈਪਾਸ ਹੋ ਕੇ ਆਪਣੇ ਫਗਵਾੜੇ ਤੋਂ ਚੰਡੀਗੜ੍ਹ ਤੋਂ ਜਿਹੜੇ ਲੋਕ ਆ ਉਹ ਇਸ ਰੋਡ ਤੋਂ ਟਰੈਵਲ ਕਰਦੇ ਆ, ਕੋਈ ਟਾਂਡੇ ਨੂੰ ਜਾਂਦਾ, ਕੋਈ ਦਸੂਹੇ ਨੂੰ ਜਾਂਦਾ, ਕੋਈ ਪਠਾਨਕੋਟ ਨੂੰ ਜਾਣਾ ਹੁੰਦਾ, ਕਿਸੇ ਨੇ ਜੰਮੂ ਜਾਣਾ ਜਾਂ ਹਿਮਾਚਲ ਪ੍ਰਦੇਸ਼ ਜਾਣਾ, ਜਿਸ ਤਰ੍ਹਾਂ ਚਿੰਤਪੁਰਨੀ ਜਾਣਾ ਆ, ਧਰਮਸ਼ਾਲਾ, ਮਕਲੋਟਗੰਜ, ਇੱਧਰੋਂ ਹਮੀਰਪੁਰ, ਇਹ ਸਾਈਡ ਤੋਂ ਹੋ ਕੇ ਜਾਂਦੇ ਆ। ਔਰ ਦੇਖੋ ਤੁਸੀਂ ਜਦ ਅਸੀਂ ਕਵਰੇਜ ਕਰ ਰਹੇ ਹਾਂ ਤੁਸੀਂ ਦੇਖ ਰਹੇ ਹੋਵੋਗੇ ਪਿੱਛੇ ਮੇਰੇ ਕਿ ਲਾਈਨ ਜਿਹੜੀ ਆ ਟ੍ਰੈਫਿਕ ਦੀ ਟੁੱਟੀ ਨਹੀਂ ਆ, ਲਗਾਤਾਰ ਟ੍ਰੈਫਿਕ ਜਿਹੜਾ ਆ ਉਹ ਫਲੋ ਕਰ ਰਿਹਾ ਇਸ ਦੇ ਉੱਤੇ। ਹੁਣ ਦੇਖਦੇ ਹਾਂ ਕਿ ਪ੍ਰਸ਼ਾਸਨ ਜਿਹੜਾ ਆ ਉਹ ਇੰਤਜ਼ਾਰ ਕਰਦਾ ਆ ਕਿ ਕੋਈ ਲਿਖਤੀ ਦਊਗਾ ਅਤੇ ਫਿਰ ਉਹ ਦਰਬਾਰ 'ਚ ਪੇਸ਼ ਹੋਊਗਾ, ਦਰਬਾਰ 'ਚ ਪੇਸ਼ ਹੋਣ ਤੋਂ ਬਾਅਦ ਫਿਰ ਉਹਦੇ 'ਤੇ ਚਰਚਾ ਹੋਏਗੀ, ਫਿਰ ਕੋਈ ਕਮੇਟੀ ਬਣਾਈ ਜਾਏਗੀ, ਫਿਰ ਅਧਿਕਾਰੀਆਂ ਨੂੰ ਡਾਂਡ ਲਾਈ ਜਾਏਗੀ, ਫਿਰ ਉਹ ਅਧਿਕਾਰੀ ਆਪਣੇ ਜਿਹੜੇ ਉਹਨਾਂ ਦੇ ਥੱਲੇ ਕੰਮ ਕਰਦੇ ਆ ਕਰਮਚਾਰੀ ਜਾਂ ਅਧਿਕਾਰੀ ਉਹਨਾਂ ਨੂੰ ਡਾਂਡ ਲਾਉਣਗੇ ਵੀ ਦੇਖੋ ਜੀ ਸਮੱਸਿਆ ਇੰਨੀ ਹੋ ਗਈ ਆ, ਕਿਸੇ ਨੇ ਠੀਕ ਨਹੀਂ ਕਰਾਈ। ਸੋ ਕਹਿਣ ਦਾ ਭਾਵ ਇਹ ਹੈ ਕਿ ਜੇ ਹਰ ਕਰਮਚਾਰੀ ਹਰ ਅਧਿਕਾਰੀ ਆਪਣਾ ਕੰਮ ਸਮੇਂ ਸਿਰ ਕਰੇ ਤਾਂ ਸ਼ਾਇਦ ਇਹ ਜਿਹੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਇਹ ਵਿਕਰਾਲ ਰੂਪ ਧਾਰਨ ਨਾ ਕਰਨ। ਅਸੀਂ ਟਾਂਡਾ ਰੋਡ 'ਤੇ ਭੰਗੀ ਪੁੱਲ 'ਤੇ ਆਏ ਸੀ, ਉਹ ਜਿਹੜੀ ਸਮੱਸਿਆ ਤੁਹਾਨੂੰ ਦਿਖਾਈ ਆ ਉਸਦੇ ਨਾਲ ਹੀ ਮੈਂ ਕਿਹਾ ਚਲੋ ਇੱਥੇ ਨੇੜੇ ਆਏ ਹਾਂ। ਇੱਕ ਹੋਰ ਜਿਹੜੀ ਬਹੁਤ ਵੱਡੀ ਸਮੱਸਿਆ ਆ ਜਿਹੜੀ ਬੱਚਿਆਂ ਨਾਲ ਜੁੜੀ ਹੋਈ ਆ, ਬਜ਼ੁਰਗਾਂ ਨਾਲ ਜੁੜੀ ਹੋਈ ਆ, ਜਾਂ ਜਿਹੜੇ ਲੋਕ ਰੋਜ਼ ਆਊਟਡੋਰ ਸਟੇਡੀਅਮ ਸੈਰ ਕਰਨ ਆਉਂਦੇ ਉਹਨਾਂ ਨਾਲ ਜੁੜੀ ਹੋਈ ਆ, ਉਹ ਸਮੱਸਿਆ ਇਹ ਆ ਇਸ ਜਗ੍ਹਾ 'ਤੇ ਜਿਹੜਾ ਮੇਨ ਰੋਡ ਆ ਕੱਟ ਕਰਦਾ ਆ, ਇੱਥੇ ਜਿਹੜਾ ਸਟੇਡੀਅਮ ਨੂੰ ਸੜਕ ਮੁੜਦੀ ਆ, ਉਹ ਰੋਡ ਦੀ ਤੁਹਾਨੂੰ ਇੱਕ ਤਾਂ ਹਾਲਤ ਦਿਖਾਉਣੀ ਆ ਮੋਹਰਿਓਂ, ਦੂਸਰਾ ਇਹ ਆ ਕਿ ਇੱਥੇ ਕਿਸੇ ਵੀ ਤਰ੍ਹਾਂ ਦਾ ਕੋਈ ਸੁਰੱਖਿਆ ਜਿਹੜਾ ਆ ਉਹ ਇੰਤਜ਼ਾਮ ਨਹੀਂ ਆ, ਕਿਉਂਕਿ ਇੱਥੇ ਆ ਮੇਨ ਰੋਡ ਆ ਜਿਹੜਾ, ਮੇਨ ਰੋਡ ਦਿਖਾਓ ਗੋਪੀ ਜੀ, ਉੱਧਰੋਂ ਜਿਹੜਾ ਆ ਰਿਹਾ ਜਿਹੜੀ ਕਰਵ ਆ ਨਾ ਇੱਦਾਂ ਗੱਡੀ ਘੁੰਮ ਰਹੀ ਹੈ ਪੂਰੀ ਦਿਖਾਓ ਤਾਂ ਕਿ ਪਤਾ ਲੱਗੇ ਕਿ ਇਹਦੇ ਮੋਹਰੇ ਕਰਵ ਆ। ਔਰ ਗੱਡੀਆਂ ਜਿਸਲੇ ਟਾਂਡਾ ਰੋਡ ਵੱਲੋਂ ਜਾਂ ਇਸ ਪੁਲ ਵੱਲੋਂ ਆਉਂਦੀਆਂ ਟਾਂਡੇ ਜਾਣ ਲਈ, ਦਸੂਹੇ ਜਾਣ ਲਈ, ਤਾਂ ਉਹਨਾਂ ਦੀ ਜਿਹੜੀ ਸਪੀਡ ਆ ਉਹ ਆਪਣੇ ਧਿਆਨ 'ਚ ਤੁਰੇ ਹੁੰਦੇ ਆ, ਔਰ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਜਿਹੜਾ ਆਊਟਡੋਰ ਸਟੇਡੀਅਮ ਦਾ ਜਿਹੜਾ ਆ ਉਹ ਮੋੜ ਆ। ਇੱਥੇ ਸਵੇਰੇ ਸ਼ਾਮ ਸੈਂਕੜਾ ਬੱਚੇ ਜਿਹੜੇ ਆ ਉਹ ਪ੍ਰੈਕਟਿਸ ਕਰਨ ਆਉਂਦੇ ਆ, ਇੱਥੇ ਬੱਚਿਆਂ ਦਾ ਵਿੰਗ ਵੀ ਹੈ ਹੈਂਡਬੋਲ ਦਾ, ਵਾਲੀਬੋਲ ਦਾ, ਔਰ ਸ਼ਾਇਦ ਮੇਰੇ ਖਿਆਲ ਬਾਸਕਟਬੋਲ ਦਾ ਇੱਥੇ ਵਿੰਗ ਵੀ ਹੈ। ਬੱਚੇ ਹੋਰ ਬਹੁਤ ਸਾਰੇ ਜਿਹੜੇ ਆ ਇੱਥੇ ਭਲਵਾਨੀ ਕਰਨ ਆਉਂਦੇ ਆ, ਬਾਸਕਟਬੋਲ ਖੇਡਣ ਆਉਂਦੇ ਆ, ਸੈਰ ਕਰਨ ਆਉਂਦੇ ਆ ਲੋਕ। ਪਰ ਇੱਕ ਜਿਹੜੀ ਸਮੱਸਿਆ ਤੁਸੀਂ ਆ ਸੜਕ ਦਾ ਹਾਲ ਦਿਖਾਓ ਜਿਹੜਾ ਇੱਥੇ ਜੀ ਮੇਨ ਰੋਡ 'ਤੇ ਕਿੱਦਾਂ ਬਜਰੀ ਔਰ ਰੇਤ ਦੇ ਨਾਲ ਸਾਰਾ ਮੋੜ ਜਿਹੜਾ ਆ ਭਰਿਆ ਹੋਇਆ। ਅਕਸਰ ਜਿਸਲੇ ਇੱਥੋਂ ਬਾਹਰ ਆਉਂਦੇ ਆ ਬੱਚੇ ਜਾਂ ਉਹਨਾਂ ਨੇ ਸਟੇਡੀਅਮ ਜਾਣਾ ਹੁੰਦਾ ਤਾਂ ਇੰਨੀ ਬੁਰੀ ਮਤਲਬ ਸਥਿਤੀ ਨਾਲ ਉਹਨਾਂ ਨੂੰ ਗੁਜ਼ਰਨਾ ਪੈਂਦਾ, ਟ੍ਰੈਫਿਕ ਨਾਲ ਦੋ ਚਾਰ ਹੋਣਾ ਪੈਂਦਾ। ਇੱਕ ਤਾਂ ਸੜਕ ਜਿਹੜੀ ਆ ਪਾਰ ਕਰਨੀ ਬਹੁਤ ਮੁਸ਼ਕਿਲ ਹੋ ਜਾਂਦੀ ਹੈ ਉਹਨਾਂ ਲਈ, ਦੂਸਰਾ ਇਹ ਕੱਟ ਜਿਹੜਾ ਆ ਇਹ ਦਿਖਾਈ ਹੀ ਨਹੀਂ ਦਿੰਦਾ। ਉਰੇ ਆ ਜਾਓ ਜੀ ਬੱਸ ਆ ਰਹੀ, ਆ ਗੱਡੀ ਦਾ ਸ਼ੋਟ ਲੈ ਲਓ ਨਾ, ਗੱਡੀ ਦਾ ਸ਼ੋਟ ਲੈ ਲਓ, ਜਾਂਦੇ ਜਾਂਦੇ ਨਾ ਆ ਸਕੂਲ ਬੱਸ ਆਈ ਹੈ ਜੀ ਬੱਚਿਆਂ ਨੂੰ ਛੱਡਣ ਇੱਥੇ, ਜਾਂ ਮੇਰੇ ਖਿਆਲ 'ਚ ਖਿਡਾਰੀ ਲੱਗਦੇ ਬੱਸ ਦੇ ਅੰਦਰ। ਅਤੇ ਦੇਖੋ ਇਹ ਜਿਸਲੇ ਇਹਨੇ ਅੰਦਰੋਂ ਨਿਕਲ ਕੇ ਰੋਡ 'ਤੇ ਚੜ੍ਹਨਾ
ਮਤਲਬ ਇਹ ਕਰਵ ਹੋਣ ਕਰਕੇ ਇੱਥੇ ਪਤਾ ਹੀ ਨਹੀਂ ਲੱਗਦਾ ਕਿ ਕਿਹੜੀ ਗੱਡੀ ਕਿੱਧਰੋਂ ਆ ਰਹੀ ਆ ਔਰ ਕਿੰਨੀ ਸਪੀਡ 'ਤੇ ਆ ਰਹੀ ਆ। ਔਰ ਕਿਉਂਕਿ ਨੋਰਮਲੀ ਜਿਹੜਾ ਕੋਈ ਡਰਾਈਵਰ ਆ ਕੋਈ ਗੱਡੀ ਚਲਾ ਰਿਹਾ ਜਾਂ ਕੁਛ ਆ ਤਾਂ ਉਹਦੇ ਲਈ ਵੀ ਜਿਹੜੀ ਆ ਉਹ ਸਮੱਸਿਆ ਹੋ ਜਾਂਦੀ ਹੈ ਕਿਉਂਕਿ ਉਹ ਆਪਣੇ ਧਿਆਨ 'ਚ ਤੁਰਿਆ ਹੁੰਦਾ ਕਿ ਇੱਥੇ ਕਿਉਂਕਿ ਕੋਈ ਬੋਰਡ ਨਹੀਂ ਹੈ ਕੋਈ ਕੌਸ਼ਨ ਨਹੀਂ ਹੈ ਕੁਛ ਨਹੀਂ ਲੱਗਾ ਹੋਇਆ। ਔਰ ਆ ਤੁਸੀਂ ਦੇਖ ਸਕਦੇ ਹੋ ਕਿ ਗੱਡੀ ਵਾਲੇ ਨੂੰ ਰੁਕ ਕੇ ਆਲੇ ਦੁਆਲੇ ਐਨ ਪ੍ਰੋਪਰ ਸੇਫਟੀ ਜਿਹੜੀ ਆ ਜਦ ਤੱਕ ਨਹੀਂ ਹੋ ਜਾਂਦੀ ਉਹ ਕਵਰ ਨਹੀਂ ਕਰਦਾ। ਗੱਡੀ ਮੁੜਦੀ ਦਿਖਾ ਦਿਓ ਜੀ ਕਿਉਂਕਿ ਕਰਵ ਦੇ ਉੱਤੇ ਮੋੜ ਹੈ ਔਰ ਸੜਕ ਦੀ ਹਾਲਤ ਇੱਕ ਖਰਾਬ ਆ, ਦੂਸਰਾ ਜਿਹੜਾ ਜ਼ਿਲ੍ਹਾ ਖੇਡ ਅਫਸਰ ਦਾ ਬੋਰਡ ਲੱਗਿਆ ਹੋਇਆ ਆਊਟਡੋਰ ਸਟੇਡੀਅਮ ਦਾ ਉਹ ਵੀ ਅੰਦਰ ਕਰਕੇ ਆ ਕਿ ਅੰਦਰ ਹੋਣ ਕਰਕੇ ਉਹ ਪਤਾ ਹੀ ਨਹੀਂ ਲੱਗਦਾ ਕਿ ਇੱਥੇ ਸਟੇਡੀਅਮ ਹੈ ਜਾਂ ਨਹੀਂ ਹੈ ਨੋਰਮਲ ਜਿਹੜਾ ਕੋਈ ਜਾ ਰਿਹਾ ਸੜਕ ਤੋਂ। ਅਤੇ ਇਹ ਜਿਹੜੀ ਸਮੱਸਿਆ ਆ ਇਹ ਵੀ ਮੈਂ ਸਮਝਦਾ ਕਿ ਜੇ ਅਧਿਕਾਰੀ ਇਹ ਸਾਡਾ ਵੀਡੀਓ ਦੇਖਣ ਖਬਰ ਦੇਖਣ ਤਾਂ ਇਸ ਵੱਲ ਵੀ ਧਿਆਨ ਦੇਣ। ਇੱਕ ਤਾਂ ਇਹ ਸੜਕ ਦੀ ਰਿਪੇਅਰ ਬਹੁਤ ਜ਼ਰੂਰੀ ਆ, ਇੱਥੇ ਸਾਫ਼ ਸਫਾਈ ਹੋਣੀ ਜ਼ਰੂਰੀ ਆ, ਬੱਚੇ ਸਾਈਕਲ 'ਤੇ ਸਕੂਟਰ ਮੋਟਰਸਾਈਕਲਾਂ 'ਤੇ ਆਉਂਦੇ ਆ ਖੇਡਣ ਲਈ ਖਿਡਾਰੀ, ਤਾਂ ਇੱਥੇ ਅਕਸਰ ਜਿਹੜਾ ਆ ਉਹ ਸਲਿਪ ਮਤਲਬ ਬਜਰੀ ਔਰ ਮਿੱਟੀ ਹੋਣ ਕਰਕੇ ਜਿਹੜਾ ਉਹਨਾਂ ਦੀ ਕੋਈ ਵੀ ਸਾਈਕਲ ਆ ਜਾਂ ਸਕੂਟਰ ਆ ਉਹ ਸਲਿਪ ਹੋਣ ਦਾ ਡਰ ਰਹਿੰਦਾ। ਔਰ ਮਤਲਬ ਮੈਂ ਕਈ ਸਾਲਾਂ ਤੋਂ ਇਹ ਚੀਜ਼ ਦੇਖ ਰਿਹਾ, ਇੱਥੇ ਕਈ ਮੇਲੇ ਵੀ ਹੋਏ ਪ੍ਰੋਗਰਾਮ ਵੀ ਹੁੰਦੇ ਆ, ਅਕਸਰ ਮਿਨਿਸਟਰ ਵੀ ਆਉਂਦੇ ਆ ਵੱਡੇ ਵੱਡੇ ਅਧਿਕਾਰੀ ਵੀ ਆਉਂਦੇ ਆ, ਪਰ ਮੈਨੂੰ ਨਹੀਂ ਲੱਗਦਾ ਕਿਉਂਕਿ ਉਹ ਲਗਜ਼ਰੀ ਗੱਡੀਆਂ 'ਚ ਬੈਠੇ ਹੁੰਦੇ ਆ ਤਾਂ ਬਾਹਰ ਅਤੇ ਦੇਖਣਾ ਤਾਂ ਫਿਰ ਤੁਸੀਂ ਸਮਝ ਸਕਦੇ ਆ ਕਿ ਜਦੋਂ ਸਸਪੈਂਸ਼ਨ ਵਾਲੀਆਂ ਗੱਡੀਆਂ ਨਾਲ ਤਾਂ ਟੋਏ ਦਾ ਪਤਾ ਲੱਗਦਾ ਔਰ ਨਾ ਹੀ ਕਿਸੇ ਜਿਹੜੀ ਜਨਤਾ ਨਾਲ ਜੁੜੀ ਹੋਈ ਸਮੱਸਿਆ ਹੈ ਉਹਦਾ ਪਤਾ ਲੱਗਦਾ। ਸੋ ਉਹਨਾਂ ਨੂੰ ਗੱਡੀਆਂ 'ਚੋਂ ਉੱਤਰ ਕੇ ਦਫ਼ਤਰਾਂ 'ਚੋਂ ਨਿਕਲ ਕੇ ਜਿਹੜੀਆਂ ਛੋਟੀਆਂ ਛੋਟੀਆਂ ਸਮੱਸਿਆਵਾਂ ਆ ਜਿਹਨੂੰ ਮਤਲਬ ਬਿਲਕੁਲ ਘੱਟ ਤੋਂ ਘੱਟ ਖਰਚ 'ਤੇ ਔਰ ਸ਼ਾਇਦ ਕਿਤੇ ਦਾ ਖਰਚਾ ਵੀ ਨਹੀਂ ਹੋਣਾ ਉਹ ਪ੍ਰਬੰਧ ਕਰਕੇ ਦੂਰ ਕੀਤੀਆਂ ਜਾ ਸਕਦੀਆਂ, ਪਰ ਪ੍ਰਸ਼ਾਸਨ ਨੂੰ ਇੰਤਜ਼ਾਰ ਰਹਿੰਦਾ ਕਿ ਕੋਈ ਲਿਖਤੀ ਦੇਵੇ, ਕੋਈ ਕਿਸੇ ਲੀਡਰ ਨੂੰ ਮਿਲੇ, ਕੋਈ ਪ੍ਰਧਾਨ ਨੂੰ ਮਿਲੇ, ਉਹ 2-4-5 ਚੱਕਰ ਮਾਰਨ, ਫਿਰ ਉਸ ਤੋਂ ਬਾਅਦ ਸੋਚੀਏ ਕਿ ਹਾਂ ਇਹ ਵਾਰ ਵਾਰ ਆ ਰਿਹਾ, ਇਹਦਾ ਮਤਲਬ ਹੈ ਕਿ ਇਹ ਸਮੱਸਿਆ ਜਿਹੜੀ ਆ ਉਹ ਬਹੁਤ ਵੱਡੀ ਆ, ਇਹਨੂੰ ਦੂਰ ਕਰਾਉਣਾ ਚਾਹੀਦਾ। ਜਾਂ ਫਿਰ ਪੋਲੀਟੀਕਲ ਸਿਸਟਮ ਨੂੰ ਲੱਗੇ ਕਿ ਹਾਂ ਇਹ ਵੋਟਾਂ ਨਾਲ ਜੁੜਿਆ ਹੋਇਆ ਮੁੱਦਾ ਆ, ਉਹ ਸ਼ਾਇਦ ਤਾਂ ਜਲਦੀ ਹੱਲ ਹੋ ਜਾਂਦਾ, ਬਟ ਇਹ ਸਾਡੇ ਦੇਸ਼ ਦੇ ਭਵਿੱਖ ਦਾ ਬੱਚਿਆਂ ਨਾਲ ਜੁੜਿਆ ਹੋਇਆ ਆ। ਹੁਣ ਖੇਡਾਂ ਹੋਣ ਜਾ ਰਹੀਆਂ, ਖੇਡੋ ਵਤਨ ਪੰਜਾਬ ਦੀਆਂ ਸਤੰਬਰ ਮਹੀਨੇ ਪਹਿਲੇ ਹਫ਼ਤੇ ਤੋਂ ਸ਼ੁਰੂ ਹੋ ਜਾਣੀਆਂ ਔਰ ਇਸ ਜਗ੍ਹਾ ਦੇ ਉੱਤੇ ਆਊਟਡੋਰ ਸਟੇਡੀਅਮ 'ਤੇ ਪੂਰਾ ਰਸ਼ ਰਹਿਣਾ, ਬੱਚਿਆਂ ਦਾ ਆਉਣਾ ਜਾਣਾ ਸਾਰੇ ਪ੍ਰਬੰਧ ਰਹਿਣੇ ਆ। ਬਟ ਜੇ ਆ ਸੜਕ ਹੀ ਠੀਕ ਨਹੀਂ ਹੋਈ, ਇਹਦੀ ਜਿਹੜੀ ਐਂਟਰੈਂਸ ਪੁਆਇੰਟ ਆ ਮੇਨ ਰੋਡ ਤੋਂ ਉਹੀ ਠੀਕ ਨਹੀਂ ਹੋਇਆ ਤਾਂ ਅਸੀਂ ਜਿਹੜੇ ਬਾਹਰੋਂ ਖਿਡਾਰੀ ਆਉਣੇ ਆ ਕੋਈ ਹੋਰ ਸਟਾਫ ਆਉਣਾ ਉਹਨਾਂ ਨੂੰ ਅਸੀਂ ਕੀ ਤਸਵੀਰ ਪੇਸ਼ ਕਰਾਂਗੇ, ਕੀ ਆਪਾਂ ਦੱਸਾਂਗੇ ਕਿ ਸਾਡੇ ਜਿਹੜੇ ਇੱਥੇ ਪ੍ਰਸ਼ਾਸਨੀ ਅਧਿਕਾਰੀ ਆ ਉਹ ਕਿਸ ਤਰ੍ਹਾਂ ਦੇ ਪ੍ਰਬੰਧ ਕਰਦੇ ਆ। ਸੋ ਇਹ ਜਿਹੜੀਆਂ ਦੋ ਵਿਕਰਾਲ ਸਮੱਸਿਆਵਾਂ ਤੁਹਾਡੇ ਅੱਜ ਧਿਆਨ 'ਚ ਲਿਆਂਦੀਆਂ ਤੁਹਾਨੂੰ ਦਿਖਾਈਆਂ, ਦਰਸ਼ਕ ਦੇਖਦੇ ਆ ਰੋਜ਼ 2-4 ਹੁੰਦੇ ਆ ਔਰ ਮੈਂ ਸਮਝਦਾ ਕਿ ਕਿਉਂਕਿ ਇਹ ਕੈਬਨਿਟ ਮੰਤਰੀ ਬ੍ਰਹਮ ਸ਼ੰਕਰ ਜਿੰਪਾਈ ਦਾ ਸ਼ਹਿਰ ਆ, ਉਹਨਾਂ ਦਾ ਹਲਕਾ ਆ, ਅਗਰ ਉਹ ਵੀ ਇਹ ਖਬਰ ਦੇਖਣ ਅਸੀਂ ਜ਼ਰੂਰ ਉਹਨਾਂ ਤੱਕ ਵੀ ਪਹੁੰਚਾਵਾਂਗੇ, ਨਹੀਂ ਵੀ ਦੇਖੂਗੇ ਤਾਂ ਵੀ ਪਹੁੰਚਾਵਾਂਗੇ ਕਿ ਇਹ ਸਮੱਸਿਆਵਾਂ ਜਿਹੜੀਆਂ ਦੋ ਛੋਟੀਆਂ ਛੋਟੀਆਂ ਸਮੱਸਿਆਵਾਂ ਜਿਹੜੀਆਂ ਬਹੁਤ ਘੱਟ ਖਰਚੇ ਨਾਲ ਠੀਕ ਹੋ ਸਕਦੀਆਂ। ਇੱਥੇ ਦੋ ਬੋਰਡ ਲਗਾਏ ਜਾ ਸਕਦੇ ਆ ਤਾਂ ਕੋਈ ਵਾਹਨ ਚਾਲਕ ਜਿਹੜੇ ਟਾਂਡੇ ਵਾਲੇ ਪਾਸੋਂ ਇਸ ਸਾਈਡ ਤੋਂ ਗੁਜ਼ਰਦੇ ਆ ਉਹ ਦੇਖ ਲੈਣ ਕਿ ਹਾਂ ਯਾਰ ਅੱਗੇ ਸਟੇਡੀਅਮ ਆ ਜਾਂ ਕੁਛ ਹੈ, ਆਪਾਂ ਥੋੜ੍ਹੀ ਸਪੀਡ ਘੱਟ ਕਰ ਲਈਏ ਤਾਂ ਕਿ ਬੱਚੇ ਜਿਹੜੇ ਆ ਉਹ ਸੇਫਲੀ ਆ ਜਾ ਸਕਣ। ਸੋ ਸਾਨੂੰ ਦਿਓ ਇਜਾਜ਼ਤ, ਕੈਮਰਾਮੈਨ ਗੁਰਪ੍ਰੀਤ ਗੋਪੀ ਦੇ ਨਾਲ ਸੰਦੀਪ ਡੋਗਰਾ ਦਾ ਸਟ੍ਰੈਲਰ ਨਿਊਜ਼। An excellent coaching point in IELTS and spoken English. Also expert in study and visitor visa. Government approved. SS Group. Session Chowk, Hoshiarpur.